ਸਤਿ ਸ਼੍ਰੀ ਅਕਾਲ, ਮੈਂ ਬਿਰਸਲਾਲ ਜਿੰਦਲ, ਡੀ ਏ ਵੀ ਪਬਲਿਕ ਸਕੂਲ ਜਾਖਲ ਮੰਡੀ, ਜਮਾਤ ਦਸਵੀਂ, ਵਿਸ਼ਾ ਪੰਜਾਬੀ, ਪੁਸਤਕ ਸਾਹਿਤਕ ਰੰਗ ਦਾ ਪਹਿਲਾ ਪਾਠ ਮੈਂ ਕਿਸੇ ਤੋਂ ਘੱਟ ਨਹੀਂ ਲੈ ਕੇ ਤੁਹਾਡੇ ਰੂਬਰੂ ਹੋ ਰਹੀ ਹਾਂ। ਇਸ ਪਾਠ ਦਾ ਕਹਾਣੀਕਾਰ ਹੈ ਡਾਕਟਰ ਦਰਸ਼ਨ ਸਿੰਘ ਆਸਟ। ਸਭ ਤੋਂ ਪਹਿਲਾਂ ਬੱਚੋ, ਇਹ ਕਹਾਣੀ ਦਾ ਸਾਰ ਇਹ ਕਿ ਇਹ ਜਿਹੜੀ ਕਹਾਣੀ ਹੈ ਅਜਿਹੇ ਪਾਤਰ ਦੇ ਇਰਦ ਗਿਰਦ ਰਚੀ ਗਈ ਹੈ ਜੋ ਸਰੀਰਕ ਅਪੰਗਤਾ ਦੇ ਬਾਵਜੂਦ ਉਹ ਕੁਝ ਅਜਿਹਾ ਕਰਕੇ ਦਿਖਾ ਦਿੰਦੀ ਹੈ ਜਿਸ ਨੂੰ ਕਰਨ ਲਈ ਇੱਕ ਰਿਸ਼ਤ ਪੁਸ਼ਤ ਤੰਦਰੁਸਤ ਵਿਅਕਤੀ ਵੀ ਪਿੱਛੇ ਹਟ ਜਾਂਦਾ ਹੈ। ਇਸ ਦੀ ਮੁੱਖ ਪਾਤਰ ਹੈ ਰਜਨੀ। ਜੋ ਰਜਨੀ ਹੈ ਉਸਦੀ ਉਮਰ 11-12 ਸਾਲ ਦੀ ਲੜਕੀ ਹੈ ਜੋ ਪੋਲੀਓ ਦੇ ਸ਼ਿਕਾਰ ਹੈ ਅਤੇ ਚੱਲ ਨਹੀਂ ਸਕਦੀ, ਪਰ ਬੜੀ ਬਹਾਦਰ ਲੜਕੀ ਹੈ। ਵਕਤ ਦੀ ਪਾਬੰਦ ਵਿੱਚੋਂ ਰਜਨੀ ਜੋ ਹੈ ਬੜੀ ਵਕਤ ਦੀ ਪਾਬੰਦ ਹੈ, ਉਹ ਆਪਣਾ ਕੰਮ ਸਮੇਂ ਸਿਰ ਕਰਦੀ ਹੈ। ਮੀਂਹ ਆਵੇ, ਹਨੇਰੀ ਆਵੇ, ਉਹ ਕਦੇ ਵੀ ਸਕੂਲ ਦੀ ਛੁੱਟੀ ਨਹੀਂ ਕਰਦੀ, ਰੋਜ਼ ਸਕੂਲ ਜਾਂਦੀ ਹੈ। ਜਦੋਂ ਮੀਂਹ ਹਨੇਰੀ ਵਿੱਚ ਉਸਦੇ ਮਾਤਾ ਪਿਤਾ ਰੋਕਦੇ ਹਨ ਤਾਂ ਉਹ ਕਹਿੰਦੀ ਹੈ ਕਿ ਅਗਰ ਮੈਂ ਸਕੂਲ ਨਾ ਗਈ ਤਾਂ ਮੇਰੀ ਪੜ੍ਹਾਈ ਖਰਾਬ ਹੋ ਜਾਵੇਗੀ ਅਤੇ ਨਾਲੇ ਜੇ ਮੇਰੀਆਂ ਹਾਜ਼ਰੀਆਂ ਘੱਟ ਹੋ ਗਈਆਂ ਤਾਂ ਮੈਨੂੰ ਸਕੂਲ ਸਮਾਗਮ ਦੇ ਵਿੱਚ ਇਨਾਮ ਨਹੀਂ ਮਿਲੇਗਾ। ਆਤਮ ਨਿਰਭਰ ਬੱਚੋ, ਉਹ ਲੜਕੀ ਬੜੀ ਆਤਮ ਨਿਰਭਰ ਵਾਲੀ ਹੈ, ਪੱਕੇ ਇਰਾਦੇ ਵਾਲੀ, ਆਪ ਕੰਮ ਕਰਨ ਵਾਲੀ ਕੁੜੀ ਹੈ। ਇਹੀ ਕਾਰਨ ਹੈ ਕਿ ਉਹ ਟਰਾਈ ਸਾਈਕਲ 'ਤੇ ਸਕੂਲ ਜਾਂਦੀ ਹੈ ਜੋ ਸਕੂਲ ਉਸ ਤੋਂ ਘਰ ਤੋਂ ਕੋਈ ਘੱਟੋ ਘੱਟ 3 ਕਿਲੋਮੀਟਰ ਦੂਰ ਹੈ। ਅੱਗੇ ਹੈ ਮਾਸਟਰ ਦੀ ਪਰੇਸ਼ਾਨੀ। ਬੱਚੋ, ਮਾਸਟਰ ਦੀ ਇਹ ਪਰੇਸ਼ਾਨੀ ਹੈ ਕਿ ਬਰਸਾਤ ਦੇ ਕਾਰਨ ਸਕੂਲ ਵਿੱਚ ਘਾਹ ਉੱਗ ਗਿਆ ਹੈ ਅਤੇ ਉਸਨੂੰ ਡਰ ਹੈ ਕਿ ਘਾਹ ਦੇ ਵਿੱਚੋਂ ਕੋਈ ਜ਼ਹਿਰੀਲਾ ਜੀਵ ਕਿਤੇ ਜਮਾਤ ਵਿੱਚ ਦਾਖਲ ਨਾ ਹੋ ਜਾਵੇ। ਬੱਚੇ, ਰਜਨੀ ਦੀ ਬਹਾਦਰੀ। ਰਜਨੀ ਦੀ ਇਹ ਬਹਾਦਰੀ, ਉਹਨੇ ਇਹ ਬਹਾਦਰੀ ਦਾ ਕੰਮ ਕੀਤਾ ਸੀ ਬੱਚੋ ਕਿ ਇੱਕ ਦਿਨ ਉਹਨਾਂ ਦੀ ਜਮਾਤ ਲੱਗੀ ਹੋਈ ਸੀਗੀ, ਸਾਰੇ ਬੱਚੇ ਪੜ੍ਹ ਰਹੇ ਸਨ ਤਾਂ ਬਾਹਰ ਉੱਗੇ ਹੋਏ ਘਾਹ ਦੇ ਵਿੱਚੋਂ ਕੋਈ ਜ਼ਹਿਰੀਲਾ ਸੱਪ ਦੀਵਾਰ ਉੱਤੋਂ ਚੜ੍ਹਦਾ ਹੋਇਆ ਖਿੜਕੀ ਦੁਆਰਾ ਜਮਾਤ ਦੇ ਵਿੱਚ ਦਾਖਲ ਹੋ ਗਿਆ। ਜਦੋਂ ਜਮਾਤ ਵਿੱਚ ਸੱਪ ਨੂੰ ਸਭ ਤੋਂ ਪਹਿਲਾਂ ਰਾਹੁਲ ਨੇ ਵੇਖਿਆ ਤਾਂ ਸਾਰੇ ਬੱਚੇ ਸ਼ੋਰ ਕਰਨ ਲੱਗ ਗਏ ਅਤੇ ਬਾਹਰ ਭੱਜਦੇ ਹੋਏ ਕਲਾਸ 'ਚੋਂ ਬਾਹਰ ਨਿਕਲ ਗਏ। ਪਰ ਰਜਨੀ ਬੱਚੋ ਉੱਥੇ ਹੀ ਬੈਠੀ ਰਹੀ ਕਿਉਂਕਿ ਉਸਨੂੰ ਪੋਲੀਓ ਸੀ, ਉਹ ਚੱਲ ਨਹੀਂ ਸਕਦੀ। ਬੱਚਿਆਂ ਨੇ, ਅਧਿਆਪਕਾਂ ਨੇ ਬੜਾ ਉਹਨੂੰ ਬਾਹਰ ਆਉਣ ਲਈ ਕਿਹਾ, ਪਰ ਰਜਨੀ ਬਿਲਕੁਲ ਵੀ ਨਹੀਂ ਡਰੀ। ਉਹਨੇ ਫਟਾਫਟ ਸੋਚਿਆ, ਉਸਨੇ ਫਟਾਫਟ ਆਪਣਾ ਸਕੂਲ ਬੈਗ ਅਤੇ ਆਪਣੀ ਨਾਲ ਸਹੇਲੀ ਦਾ ਪਿਆ ਸਕੂਲ ਬੈਗ ਖਾਲੀ ਕੀਤਾ। ਬੱਚੋ, ਜਿਹੜਾ ਸੱਪ ਸੀਗਾ ਉਹ ਖੁੱਡ ਲੱਭਣ ਲਈ ਇੱਧਰ ਉੱਧਰ ਭੱਜ ਰਿਹਾ, ਦੌੜ ਰਿਹਾ ਸੀਗਾ। ਤਾਂ ਉਸਨੇ ਜਦੋਂ ਆਪਣੇ ਦੋਵੇਂ ਬੈਗ ਖਾਲੀ ਕਰਕੇ ਫਰਸ਼ ਉੱਤੇ ਸਿੱਟ ਦਿੱਤੇ ਤਾਂ ਸੱਪ ਲੁੱਕਣ ਵਾਸਤੇ ਜੋ ਖੁੱਡ ਲੱਭ ਰਿਹਾ ਸੀ ਉਹ ਫਟਾਫਟ ਬੈਗ ਵਿੱਚ ਜਲਦੀ ਵੜ ਗਿਆ ਅਤੇ ਰਜਨੀ ਨੇ ਫਟਾਫਟ ਉਸ ਦਾ ਬੈਗ ਦਾ ਮੂੰਹ ਬੰਦ ਕਰ ਦਿੱਤਾ। ਅਤੇ ਬੱਚੋ, ਜਦੋਂ ਉਹ ਰਜਨੀ ਆਪਣਾ ਬੈਗ ਲੈ ਕੇ ਬਾਹਰ ਨਿਕਲੀ ਤਾਂ ਸਾਰੇ ਬੱਚਿਆਂ ਨੇ ਤਾਲੀਆਂ ਵਜਾਈਆਂ, ਪਰ ਉਸ ਦਾ ਅਧਿਆਪਕ ਉਸ ਸੱਪ ਨੂੰ ਮਾਰਨ ਲਈ ਕਹਿ ਰਿਹਾ ਸੀ, ਪਰ ਰਜਨੀ ਨੇ ਸੱਪ ਨੂੰ ਮਾਰਨ ਲਈ ਮਨ੍ਹਾ ਕਰ ਦਿੱਤਾ ਅਤੇ ਉਸ ਸੱਪ ਨੂੰ ਉਸਨੇ ਚਿੜੀਆ ਘਰ ਛੱਡਣ ਦੀ ਬੇਨਤੀ ਕੀਤੀ। ਜਦੋਂ ਉਹ ਚਿੜੀਆ ਘਰ ਛੱਡਣ ਗਏ ਤਾਂ ਚਿੜੀਆ ਘਰ ਦਾ ਅਫਸਰ ਬਹੁਤ ਹੀ ਖੁਸ਼ ਹੋਇਆ ਅਤੇ ਰਜਨੀ ਦਾ ਨਾਮ ਰਾਸ਼ਟਰਪਤੀ ਅਵਾਰਡ ਭੇਜਣ ਲਈ ਉਸਨੇ ਸਿਫਾਰਸ਼ ਕੀਤੀ। ਮਾਨ ਸਨਮਾਨ। ਬੱਚੋ, ਇਸ ਵਾਸਤੇ, ਇਸ ਬਹਾਦਰੀ ਦੇ ਵਾਸਤੇ ਰਜਨੀ ਨੂੰ ਇੱਕ ਮਾਨ ਸਨਮਾਨ ਦਿੱਤਾ ਗਿਆ। ਸਕੂਲ ਦੇ ਵਿੱਚ ਸਾਲਾਨਾ ਸਮਾਗਮ ਦੇ ਵਿੱਚ ਉਸਨੂੰ ਇਹ ਸਨਮਾਨ ਦਿੱਤਾ ਗਿਆ ਅਤੇ ਨਾਲੇ ਸਕੂਲ ਵੱਲੋਂ ਰਾਸ਼ਟਰਪਤੀ ਅਵਾਰਡ ਲਈ ਰਜਨੀ ਦਾ ਨਾਮ ਭੇਜਿਆ ਗਿਆ। ਤਾਂ ਬੱਚੋ, ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੁਲੰਦ ਇਰਾਦੇ ਹੋਣ ਤਾਂ ਕੁਝ ਵੀ ਅਸੰਭਵ ਨਹੀਂ। ਬੱਚੋ, ਇਸ ਕਹਾਣੀ ਨੂੰ ਮਾਰਗ ਦਰਸ਼ਨ ਬਣਾ ਕੇ ਅੱਜ ਤੁਸੀਂ ਵੀ ਆਪਣੇ ਵਿੱਚ ਆਤਮ ਨਿਰਭਰਤਾ ਹਿੰਮਤ ਭਰੋ ਤਾਂ ਕਿ ਤੁਸੀਂ ਵੀ ਘਰ ਬੈਠ ਕੇ ਆਪਣੇ ਇਸ ਸਿਲੇਬਸ ਨੂੰ ਪੂਰਾ ਕਰ ਸਕੋ। ਹੁਣ ਬੱਚੋ, ਮੈਂ ਤੁਹਾਨੂੰ ਇਸ ਪਾਠ ਦੇ ਕੁਝ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਬਾਰੇ ਦੱਸਾਂਗੀ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਰਜਨੀ ਨੂੰ ਕਿਹੜੀ ਬਿਮਾਰੀ ਸੀ? ਇਹਦਾ ਉੱਤਰ ਹੈ ਕਿ ਰਜਨੀ ਨੂੰ ਪੋਲੀਓ ਦੀ ਬਿਮਾਰੀ ਸੀ। ਦੂਸਰਾ ਹੈ, ਰਜਨੀ ਸਕੂਲ ਜਾਣ ਲਈ ਕਿਸ ਦੀ ਪਰਵਾਹ ਨਹੀਂ ਸੀ ਕਰਦੀ? ਬੱਚੇ ਦਾ ਉੱਤਰ ਹੈ ਕਿ ਰਜਨੀ ਸਕੂਲ ਜਾਣ ਲਈ ਮੀਂਹ ਹਨੇਰੀ ਦੀ ਪਰਵਾਹ ਨਹੀਂ ਸੀ ਕਰਦੀ। ਉਸ ਭਾਵੇਂ ਮੀਂਹ ਹੁੰਦਾ ਭਾਵੇਂ ਹਨੇਰੀ, ਪਰ ਉਹ ਸਕੂਲ ਜ਼ਰੂਰ ਜਾਂਦੀ ਸੀ। ਉਸ ਤੋਂ ਅਗਲਾ ਹੈ, ਸੱਪ ਜਮਾਤ ਦੇ ਕਮਰੇ ਵਿੱਚ ਕਿਵੇਂ ਦਾਖਲ ਹੋਇਆ? ਇਸ ਦਾ ਉੱਤਰ ਹੈ ਕਿ ਸੱਪ ਜਮਾਤ ਦੇ ਕਮਰੇ ਵਿੱਚ ਬਾਹਰ ਉੱਗੇ ਹੋਏ ਘਾਹ ਤੋਂ ਦੀਵਾਰ 'ਤੇ ਚੜ੍ਹਦਾ ਹੋਇਆ ਖਿੜਕੀ ਰਾਹੀਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਇਆ। ਉਸ ਤੋਂ ਅਗਲਾ ਹੈ, ਸਭ ਤੋਂ ਪਹਿਲਾਂ ਸੱਪ ਨੂੰ ਕਿਸ ਨੇ ਵੇਖਿਆ? ਬੱਚੋ, ਸਭ ਤੋਂ ਪਹਿਲਾਂ ਸੱਪ ਨੂੰ ਰਾਹੁਲ ਨੇ ਵੇਖਿਆ। ਉਸ ਤੋਂ ਅਗਲਾ ਹੈ, ਸੱਪ ਕੀ ਲੱਭਣ ਲਈ ਇੱਧਰ ਉੱਧਰ ਦੌੜ ਰਿਹਾ ਸੀ? ਬੱਚੋ, ਇਸਦਾ ਉੱਤਰ ਹੈ ਕਿ ਸੱਪ ਖੁੱਡ ਲੱਭਣ ਵਾਸਤੇ, ਲੁੱਕਣ ਵਾਸਤੇ ਇੱਧਰ ਉੱਧਰ ਦੌੜ ਰਿਹਾ ਸੀ। ਉਸ ਤੋਂ ਅਗਲਾ ਹੈ ਕਿ ਰਜਨੀ ਨੇ ਸੱਪ ਨੂੰ ਕਿਵੇਂ ਕਾਬੂ ਕੀਤਾ?
ਇਸਦਾ ਉੱਤਰ ਹੈ ਕਿ ਰਜਨੀ ਨੇ ਜਦੋਂ ਵੇਖਿਆ ਕਿ ਸਾਰੇ ਬੱਚੇ ਰੌਲਾ ਪਾਉਂਦੇ ਹੋਏ ਡਰਦੇ ਬਾਹਰ ਨਿਕਲ ਗਏ ਹਨ, ਪਰ ਰਜਨੀ ਚੱਲ ਨਹੀਂ ਸੀ ਸਕਦੀ, ਭੱਜ ਨਹੀਂ ਸਕਦੀ, ਤਾਂ ਰਜਨੀ ਉੱਥੇ ਹੀ ਚੁੱਪ ਕਰਕੇ ਬੈਠੀ ਰਹੀ। ਪਰ ਉਹ ਡਰੀ ਨਹੀਂ, ਉਹ ਉਸਨੇ ਹਿੰਮਤ ਵਿਖਾਈ ਤਾਂ ਉਸਨੇ ਫਟਾਫਟ ਆਪਣਾ ਬੈਗ ਅਤੇ ਆਪਣੀ ਸਹੇਲੀ ਦਾ ਬੈਗ ਖਾਲੀ ਕਰਕੇ ਫਰਸ਼ 'ਤੇ ਸੁੱਟ ਦਿੱਤਾ, ਜੋ ਕਿ ਸੱਪ ਲੁੱਕਣ ਲਈ ਖੁੱਡ ਲੱਭ ਰਿਹਾ ਸੀ, ਉਹ ਬੈਗ ਵਿੱਚ ਵੜ ਗਿਆ ਅਤੇ ਰਜਨੀ ਨੇ ਫਟਾਫਟ ਉਸ ਦਾ ਮੂੰਹ ਬੰਦ ਕਰ ਦਿੱਤਾ। ਇਸ ਤਰ੍ਹਾਂ ਰਜਨੀ ਨੇ ਸੱਪ ਨੂੰ ਕਾਬੂ ਕਰ ਲਿਆ। ਉਸ ਤੋਂ ਅਗਲਾ ਕਿ ਰਜਨੀ ਨੇ ਸੱਪ ਨੂੰ ਕਿੱਥੇ ਭੇਜਣ ਦੀ ਬੇਨਤੀ ਕੀਤੀ। ਇਸਦਾ ਉੱਤਰ ਹੈ ਕਿ ਜਦੋਂ ਰਜਨੀ ਬੈਗ ਲੈ ਕੇ ਬਾਹਰ ਆਈ ਤਾਂ ਉਸਦੇ ਅਧਿਆਪਕ ਨੇ ਉਸ ਸੱਪ ਨੂੰ ਮਾਰਨ ਲਈ ਕਿਹਾ ਤਾਂ ਰਜਨੀ ਨੇ ਕਿਹਾ ਕਿ ਨਹੀਂ, ਸੱਪ ਨੂੰ ਨਹੀਂ ਮਾਰਿਆ ਜਾਵੇਗਾ, ਇਸ ਨੂੰ ਅਸੀਂ ਚਿੜੀਆ ਘਰ ਵਿੱਚ ਛੱਡਾਂਗੇ। ਉਸਨੇ ਚਿੜੀਆ ਘਰ ਛੱਡਣ ਲਈ ਬੇਨਤੀ ਕੀਤੀ। ਉਸ ਤੋਂ ਅਗਲਾ ਹੈ ਕਿ ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਕਿਸ ਕੋਲ ਸਿਫਾਰਿਸ਼ ਕਰਨ ਦੀ ਗੱਲ ਕੀਤੀ। ਇਸ ਦਾ ਉੱਤਰ ਹੈ ਕਿ ਚਿੜੀਆ ਘਰ ਦੇ ਅਫਸਰ ਨੇ ਰਜਨੀ ਦੇ ਨਾਂ ਦੀ ਸਿਫਾਰਿਸ਼ ਰਾਸ਼ਟਰਪਤੀ ਅਵਾਰਡ ਲੈਣ ਲਈ ਕੀਤੀ। ਉਸ ਤੋਂ ਅਗਲਾ ਹੈ, ਕਹਾਣੀ ਦੀ ਪਾਤਰ ਰਜਨੀ ਦੇ ਕਿਰਦਾਰ ਦਾ ਤੁਹਾਡੇ ਉੱਪਰ ਕੀ ਅਸਰ ਹੋਇਆ? ਬੱਚਿਓ, ਐਸਾ ਹੈ ਕਿ ਰਜਨੀ ਦਾ ਕਿਰਦਾਰ ਬਹੁਤ ਹੀ ਅਸਰਦਾਇਕ ਹੈ। ਇਹ ਸਾਡੇ ਦਿਲ ਦਿਮਾਗ 'ਤੇ ਗਹਿਰਾ ਅਸਰ ਕਰਦਾ ਹੈ। ਰਜਨੀ ਸਰੀਰਕ ਤੌਰ 'ਤੇ ਅਪੰਗ ਹੋਣ ਦੇ ਬਾਵਜੂਦ ਬਹੁਤ ਬਹਾਦਰ ਬੱਚੀ ਹੈ। ਉਹ ਆਪਣੀ ਬਹਾਦਰੀ ਅਤੇ ਸਮਝਦਾਰੀ ਨਾਲ ਹੋਰ ਵਿਦਿਆਰਥੀਆਂ ਦੀ ਜਾਨ ਹੀ ਨਹੀਂ ਬਚਾਉਂਦੀ, ਸਗੋਂ ਬਾਕੀ ਸਾਰਿਆਂ ਲਈ ਇੱਕ ਪ੍ਰੇਰਣਾ ਵੀ ਬਣਦੀ ਹੈ। ਅਤੇ ਬੱਚੋ, ਜਿਹੜਾ ਇਹ ਆਖਰੀ ਪ੍ਰਸ਼ਨ ਹੈ, ਇਹ ਪ੍ਰਸ਼ਨ ਬੱਚੋ ਤੁਸੀਂ ਆਪ ਖੁਦ ਇਸ ਨੂੰ ਲਿਖਣਾ ਹੈ। ਸਾਡਾ ਪ੍ਰਸ਼ਨ ਹੈ ਕਿ ਕੀ ਤੁਸੀਂ ਅਜਿਹੇ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ ਜੋ ਅਪਾਜ ਹੋਣ ਦੇ ਬਾਵਜੂਦ ਸਾਹਸੀ ਹੋਵੇ, ਜਿਸ 'ਚ ਹਿੰਮਤ ਹੋਵੇ? ਇਹ ਤੁਸੀਂ ਉਦਾਹਰਣ ਦੇ ਕੇ ਉਸ ਦੇ ਗੁਣਾਂ ਦੀ ਵਿਆਖਿਆ ਕਰਨੀ ਹੈ। ਦੁਬਾਰਾ ਫਿਰ ਤੁਹਾਨੂੰ ਮੈਂ ਕੁਐਸਚਨ ਰਿਪੀਟ ਕਰ ਰਹੀ ਹਾਂ ਬੱਚੋ, ਇਹ ਤੁਸੀਂ ਖੁਦ ਆਪਣੇ ਆਪ ਇੱਕ ਪ੍ਰਸ਼ਨ ਜਿਹੜਾ ਲਿਖਣਾ, ਇਹਦਾ ਉੱਤਰ ਲਿਖਣਾ ਹੈ ਕਿ ਤੁਸੀਂ ਅਜਿਹੇ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ ਜੋ ਅਪਾਹਜ ਹੋਣ ਦੇ ਬਾਵਜੂਦ ਸਾਹਸੀ ਹੋਵੇ। ਇਸ ਦੀ ਉਸਦੇ ਗੁਣਾਂ ਦੀ ਉਦਾਹਰਣ ਦੇ ਕੇ ਤੁਸੀਂ ਉਸਦੀ ਵਿਆਖਿਆ ਕਰਨੀ ਹੈ। ਧੰਨਵਾਦ। ਪਰਮਾਤਮਾ ਸਭ ਦਾ ਭਲਾ ਕਰੇ ਅਤੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ।